ਤੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ? ਇੱਕ ਵਿੱਚ ਟੌਪ ਸਾਈਨ ਜੋੜੀ ਸੀ, ਇੱਕ ਵਿੱਚ ਰਿੰਗ ਸੀਗੀ, ਤੇ ਹੋਰ 50 ਕੈਸ਼ ਵੀ ਸੀਗਾ ਜੀ, 30 ਸੀਗੀ ਵਿੱਚ 50,000 ਦੀ ਕੈਸ਼ ਵੀ ਸੀਗਾ। ਹਾਂਜੀ, ਇੱਕ ਪਰਸ ਵਿੱਚ 7,000 ਰੁਪਿਆ ਸੀ ਤੇ ਹੋਰ ਸਗਨ ਵਾਲੇ ਲਫਾਫੇ ਸੀ ਉਹਨਾਂ 'ਚ ਵੀ ਪੈਸੇ ਸੀ। ਤੇ ਤੁਸੀਂ ਰਹਿਸ਼ ਕਿੱਥੇ ਦੀ ਆਪਣੀ? ਮੇਰੀ ਉੜਮੁੜ ਟਾਂਡਾ ਹੁਸ਼ਿਆਰਪੁਰ ਦੀ, ਮੈਂ ਇੱਥੇ ਆਪਣੀ ਨਨਾਣ ਕੋਲ ਆਈ ਸੀ ਸ਼ੋਪਿੰਗ ਕਰਨ। ਤੇ ਪੁਲਿਸ ਆਈ ਮੌਕੇ ਤੇ? ਹਾਂਜੀ, ਨਹੀਂ ਪੁਲਿਸ ਬਹੁਤ ਦੇਰ ਬਾਅਦ ਆਈ। ਮੇਰੀ ਸਾਲੇਹਾਰ ਦੇ ਲੜਕੇ ਦੀ ਮੈਰਿਜ ਸੀ 7 ਜੁਲਾਈ ਦੀ, ਉਹ ਇੱਥੋਂ ਗੋਲਡ ਵਗੈਰਾ ਬਣਵਾਉਣ ਆਈ ਸੀ ਅਤੇ ਨਾਲੇ ਬੱਚਿਆਂ ਦੇ ਕੱਪੜੇ ਬਣਾਉਣ ਆਈ ਸੀ, ਸਭ ਕੁਛ ਕਰ ਲਿਆ ਅਤੇ ਆ ਰਹੇ ਸੀ ਤਾਂ 2 ਅਣਪਛਾਤੇ ਮੋਟਰਸਾਈਕਲ ਸਵਾਰ ਆਏ ਤਾਂ ਉਹਨਾਂ ਨੇ ਬੈਗ ਖੋ ਕੇ ਰੱਖ। ਕਿੰਨੇ ਕੁ ਵਜੇ ਹੋਇਆ ਜੀ? 4:45 ਵਜੇ ਲੱਗਦਾ। ਮੋਟਰਸਾਈਕਲ ਵਿਅਕਤੀ ਕਿੰਨੇ ਸੀਗੇ ਟੋਟਲ? ਹਾਂਜੀ, 2 ਜਣੇ। 2 ਜਣੇ ਸੀ। ਕਿੰਨਾ ਕੁ ਨੁਕਸਾਨ ਹੋ ਗਿਆ ਜੀ ਇਹਨਾਂ ਦਾ? ਨੁਕਸਾਨ 3.5-4 ਲੱਖ ਰੁਪਏ ਦਾ। ਕੀ ਸੀਗਾ ਵਿੱਚ? ਵਿੱਚ ਗੋਲਡ ਸੀਗਾ, ਵਿੱਚ ਕੈਸ਼ ਸੀਗਾ 77,000 ਰੁਪਈਆ। ਅਤੇ ਪੁਲਿਸ ਤੁਹਾਨੂੰ ਸੂਚਨਾ ਦਿੱਤੀ? ਦਿੱਤੀ ਜੀ, ਘੰਟੇ ਦਾ ਪੁਲਿਸ ਆਈ। ਲੇਟ ਆਈ ਪੁਲਿਸ? ਲੇਟ ਆਈ। ਅਤੇ ਕੋਈ CCTV ਕੈਮਰੇ 'ਚ ਆਇਆ ਹੋਵੇ ਬੰਦਾ? ਆਇਆ ਬੰਦਾ, ਪਰ ਅਣਪਛਾਤੇ, ਪਤਾ ਨਹੀਂ, ਪਹਿਚਾਣ ਨਹੀਂ ਹੋਈ ਜੀ। ਪਹਿਚਾਣ ਨਹੀਂ।